ਹਾਂਜੀ ਬਾਬੇ ਉਹ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ। ਲਓ ਜੀ ਤੇਜੀ ਬਾਈ ਨੇਪਾਲ ਅੱਜ ਸਾਡੇ ਨਾਲ ਗੱਡੀ ਵਿੱਚ ਮੌਜੂਦ। ਤੇ ਤੇਜੀ ਬਾਈ ਵੱਡਾ ਕੰਮ ਦੱਸਦੇ ਕੀ ਸ਼ੁਰੂ ਹੋ ਰਿਹਾ ਜਿਹੜਾ ਤੂੰ ਸਾਜਰੇ ਉੱਠ ਕੇ 11:30 ਵਜੇ ਮੇਰੇ ਨਾਲ ਤੁਰ ਪਿਆ ਬਾਈ। ਟਰੈਕਟਰ ਦੀ ਮੋਡੀਫਿਕੇਸ਼ਨ ਕਰ ਰਹੇ ਆ, ਮਗਰਾਟ ਖੋਲ ਰਹੇ ਆ ਟਰੈਕਟਰ ਦੇ ਹੁਣ ਪਹਿਲਾਂ ਤਾਂ। ਹਾਂ ਤੇ ਆਪਾਂ ਨੇ ਗੱਡੀ ਹੱਕ ਲਿਆਂਦੀ ਪਿੰਡੋਂ ਪੱਧ ਦੇ ਘਰੋਂ ਪਟਿਆਲੇ ਚੱਲਾਂਗੇ। ਫੋਰਚੂਨਰ ਚ ਜਾਵਾਂਗੇ, ਤੁਹਾਨੂੰ ਪਤਾ ਛੋਟੀ ਗੱਡੀ ਚ ਮਗਰਾਟ ਨਹੀਂ ਆਉਂਦੇ। ਉਹ ਦੇਖੋ ਫੋਰਚੂਨਰ, ਉਹ ਦੇਖੋ ਉਧਰ ਹੁਣ ਉਤਰਦੇ ਆ ਟਾਕੀਆਂ ਤੇ ਜੀ। ਰਿਮੋਟ ਕੰਟਰੋਲ ਨੇ ਆਪੇ ਖੁੱਲ ਗਈ ਆਪੇ, ਆ ਮੇਰੇ ਵਾਲੀ ਵੀ ਨਹੀਂ ਖੁੱਲ ਰਹੀ। ਤੇ ਲਓ ਵੀ ਮਿੱਤਰੋ ਹੁਣ ਆਪਾਂ ਨੇ ਟਰੈਕਟਰ ਨੂੰ ਮੋਡੀਫਾਈ ਕਰਦੇ ਆ ਟਾਕੀ। ਮੈਨੂੰ ਵੀਡੀਓ ਬੰਦ ਕਰਕੇ ਖੋਲਣੀ ਪਊ, ਸਾਲੀ ਖੁੱਲੇ ਨਹੀਂ ਰਹੀ। ਤੇ ਸਾਰੇ ਵੀਰ ਦੱਸਿਓ ਵੀ ਕੀ ਕੁਛ ਕਰਦੀ ਹੈ, ਕੀ ਛੱਡਦੀ ਹੈ, ਕਿਉਂ ਹੁਣ ਹੱਥ ਪਾ ਲਿਆ ਆਪਾਂ ਨੇ, ਚੱਕ ਦਾਂਗੇ। ਲਓ ਜੀ ਗੱਡੀ 'ਚੋਂ ਆ ਗਏ ਬਾਹਰ ਆਪਾਂ, ਅਤੇ ਇੱਧਰ ਹੁਣ ਸੱਤੇ ਹੋਣੀ ਲੱਗੇ ਹੋਏ ਨੇ, ਦੇਖਦੇ ਹਾਂ ਕੀ ਕਰਦੇ ਨੇ। ਅਸੀਂ ਤਾਂ ਵੈਸੇ ਕੰਮ ਗਏ ਸੀ, ਪਾਨੇ ਚਾਬੀਆਂ ਲਈ ਬੈਠੇ ਨੇ, ਸਪੀਕਰ ਮਾਰਿਆ ਬਾਹਰ ਕੱਢ ਕੇ। ਛੋਟੀ ਜਿਹੀ ਚਾਬੀ ਦੇ ਯਾਰ, ਕਿਹੜੀ ਘਟਦੀ ਵੱਧਦੀ ਆ, ਕਿਹੜੀ ਘਟਦੀ ਵੱਧਦੀ ਆ। ਹਾਂ ਇਹਨੂੰ ਕਹਿੰਦੇ ਲੱਖਣ ਆ ਯਾਰ, ਤੈਨੂੰ ਦੱਸਾਂ ਮੈਂ ਇਹਦੇ ਕਾਰਨਾਮੇ। ਹਾਂ ਚੱਲ ਆ ਜੇ ਕੈਮਰਾ ਚੱਲਦਾ ਹਾਰੋਂ ਆ ਨਾਟਕ ਖੋਲਤੇ। ਹਾਂ ਮਹਾ ਫਿਰ ਆਹ ਪੱਤੀਆਂ ਦੁਬਾਰੇ ਨਵੀਆਂ ਲੈ ਕੇ ਆਉਣੀਆਂ ਨੇ, ਕਹਿੰਦਾ ਫਿਰ ਇੱਧਰੋਂ ਥੱਲੋਂ ਫੇਰ ਖੋਲ ਲਾਂਗੇ। ਮਹਾ ਸਾਲਿਆ ਪਹਿਲਾਂ ਤਾਂ ਊ ਦੋ ਨਾਟਕ ਖੋਲਣੇ ਨੇ, ਊ ਪਹਿਲਾਂ ਚਾਰ ਖੋਲੇਗਾ, ਚਾਰੇ ਫੇਰ ਕਸੇਗਾ, ਤੂੰ ਇਹਦਾ ਏਡਾ ਸਦਾਈ ਆ ਵੀ ਸੜੇ ਪੱਤੀ ਖੋਲ ਲਓ ਤੁਸੀਂ। ਹਾਂ ਸਾਲਾ ਪਹਿਲਾਂ ਛਾਤਰੀ ਅੱਡ ਖੋਲੂਗਾ। ਹਾਂ ਬਿੱਜੂ ਆ ਬਿੱਜੂ, ਹੁਣ ਇਹਦਾ ਤੁਸੀਂ ਕਰਨਾ ਕੀ ਐਂ ਤਾਂ ਦੱਸ ਦਿਓ, ਕੀ ਸਲਾਹ ਹੋ ਗਈ ਤੁਹਾਡੀ? ਅਸੀਂ ਕੁਛ ਵੀ ਕਰ ਸਕਦੇ ਆ, ਲਾਣੇਦਾਰ ਕੀ ਕਹਿੰਦਾ? ਲਾਣੇਦਾਰ ਕਹਿੰਦਾ ਸਿਰੇ ਤੋਂ ਸਿਰੇ ਤੱਕ ਸਾਰੀ ਜਗਾੜ ਬਦਲ ਦੋ। ਹਾਂ ਮਹਾ ਨਵੇਂ ਹੀ ਲਿਆਉਣੇ ਫਿਰ। ਆਹ ਦੇ ਆਹ ਦੇ ਕੀ ਹੋਇਆ ਵਾ ਸ਼ੋ, ਓਏ ਤੋੜਨਾ ਦੇ ਰਿੰਕੂ, ਮਹਿੰਗੇ ਪਾ ਦੇ ਐਂਪ ਲੱਗੇ ਹੋਏ ਨੇ। ਹਾਂ ਭੈਣ ਚੋ ਹਜ਼ਾਰਾਂ ਦੇ ਹਿਸਾਬ ਨਾਲ ਇਹਨਾਂ 'ਚ ਦੀ ਗਾਣਾ ਚੱਲ ਗਿਆ, ਪਰ ਇਹ ਖਰਾਬ ਨਹੀਂ ਹੋਇਆ ਯਾਰ। ਮੈਨੂੰ ਐਂ ਲੱਗਦਾ ਵੀ ਮੈਨੂੰ ਲੱਗਦਾ 1500 ਗਾਣਾ ਦੀ ਚਿੱਪ 'ਚ ਭੈਣ ਚੋ ਦੀ 20-25 ਵਾਰ ਘੁੰਮ ਕੇ ਚੱਲ ਗਈ, ਉਹੀ ਗਾਣੇ ਆਈ ਗਏ ਦੁਬਾਰੇ। ਹਾਂ ਗਾਣੇ ਤਾਂ ਤੈਨੂੰ ਘੈਂਟ ਲੱਗਣੀ ਨੇ। ਚਲੋ ਖੋਲੋ ਫਿਰ, ਹੈਂ ਕਿੱਥੇ ਆ ਜਾ, ਮੈਂ ਤਾਂ ਉਧਰ ਮੋਟਰ ਚੱਲਦੀ ਆ ਪਾਣੀ ਦੇਖ ਕੇ ਆਉਣਾ। ਪਾਣੀ ਦਾ ਕੀ ਦੇਖਣਾ ਹੁਣ ਉੱਥੋਂ ਆਉਂਦਾ ਆਇਆ, ਪਾਣੀ ਦਾ ਕੀ ਆ, ਪਾਣੀ ਦਾ ਖਾਲਾਂ ਵਿੱਚ ਦੀ ਲੰਘਣਾ, ਪਾਣੀ ਦਾ ਜਿਰੀ ਜੇ ਪਊਗਾ ਜੇ ਆਪਣੀ ਜਨੀ ਭੂ ਕਿਸੇ ਦੀ ਚ ਪੈ ਜੂ। ਚਲੋ ਜੀ ਹੁਣ ਖੋਲ ਲਈ ਆਪਾਂ, ਫਿਰ ਅੱਗੇ ਵੀਡੀਓ ਫਿਰ ਬਣਾਉਂਦੇ ਆ, ਨਾਲੇ ਚੱਲਾਂਗੇ ਪਟਿਆਲੇ। ਲਓ ਜੀ ਛਾਤਰੀ ਲਾਤੀ ਆਪਾਂ ਨੇ, ਹੁਣ ਚੇਅਰਮੈਨ ਮਗਰਾਟ ਪੱਟੂਗਾ। ਆਹ ਸਪੋਟਾਂ ਦੇ ਸੱਤੇ ਹੋਰ ਕਰ ਦਿਓਗੇ, ਝੰਡੇ ਪਾ ਲੈਂਦੇ ਹਾਂ ਇੱਕਣੇ ਕਿਸਾਨ ਜੁਨੀਆਂ ਨਾਲੇ ਦੋਹੇ ਪਾਸੇ, ਨਾਲੇ ਅਗਲਾ ਦੇਖੂਗਾ ਵੀ ਝੰਡੇ ਕਿੱਥੇ ਲਾਏ ਨੇ ਬਾਈਆਂ ਨੇ। ਲੁੱਕੇ ਹੋਰ ਹੋ ਗਈ ਟਰੈਕਟਰ ਦੀ, ਓਏ ਬਾਹਲੀ ਜੈਂਗੋ ਹੋ ਗਈ। ਹੁਣ ਜਦ ਮਗਰਾਟ ਲੱਗ ਗਏ ਫਿਰ ਦੇਖੀ, ਥੋੜ੍ਹੇ ਜਿਹੇ ਚੌੜੇ ਲੈ ਕੇ ਆਉਣੇ ਨੇ ਕਿਹੋ ਜੀ ਦੇਖਦੇ ਹਾਂ, 475 ਵਾਲੇ ਦੇ ਆਵਾਂ ਯਾਰ, ਚੌੜੇ ਵਧੀਆ ਨਹੀਂ ਲੱਗਣੇ। ਚੱਕ ਲੋ ਬਸ, ਹੁਣ ਐ ਦੇਖ ਲੋ ਵੀ ਕਿਤੇ ਹੋਰ ਤਾਂ ਨੀ ਅਟੈਚ ਮਗਰਾਟ ਡੈਕ ਡੁੱਕ ਨਾਲ, ਕੀ ਖੋਲਣਾ ਪਊ, ਐਡੀ ਗੱਲ ਹੋਊਗੀ। ਚਲੋ ਫਿਰ ਦੇਖਦੇ ਆ ਬਾਬੇ ਹੁਣ ਵੀ ਹੈਂਡ ਬ੍ਰੇਕ ਉਤਰਦੇ ਨੇ ਕੀ ਬਣਦਾ। ਲਓ ਜੀ ਮਗਰਾਟ ਖੋਲਤੇ ਆ ਪਏ ਨੇ, ਇਹਨਾਂ ਦੇ ਅੰਦਰਲਾ ਪਾਸਾ ਤੁਸੀਂ ਦੇਖ ਸਕਦੇ ਹੋ ਹਾਲਤ, ਕਿਉਂ ਗਲੇ ਹੋਏ ਨੇ। ਅਤੇ ਹੁਣ ਆਪਾਂ ਨੇ ਸੀਟ ਵੀ ਪੱਟਤੀ, ਉਹ ਵਧੀਆ ਸੀਟ ਆ, ਅਤੇ ਸੀਟ ਉੱਥੇ ਵਧੀਆ ਲੱਗੀ ਤਾਂ ਸੀਟ ਵੀ ਲੈ ਆਵਾਂਗੇ। ਬਾਕੀ ਲੋਹਾ ਪੂਰਾ ਤਕੜਾ ਹੈ, ਸਿਰਫ ਮਗਰਾਟਾਂ ਦਾ ਹੀ ਚੱਕਰ ਤੀ ਹਿੱਲੀ ਜਾਂਦੇ ਤੀ। ਆਹ ਪਹਿਲਾਂ ਆਪਾਂ ਨੇ ਨਵੀਆਂ ਲਾਤੀਆਂ ਤੀਆਂ ਉੱਥੋਂ ਹੀ ਪਟਿਆਲੇ ਤੋਂ ਹੀ ਲਿਆ ਕੇ, ਅਤੇ ਹੁਣ ਆਪਾਂ ਚੱਲਦੇ ਹਾਂ ਮਗਰਾਟ ਲੈਣ। ਲਓ ਜੀ ਇਹਦੇ ਪੁੱਠੇ ਕੰਮ ਦੇਖ ਲਓ, ਟਰੈਕਟਰ ਹੱਕ ਰਿਹਾ ਬਿਨਾਂ ਸੀਟ ਤੋਂ, ਸਿੱਧਾ ਹੀ ਕੱਢ ਲਾ ਇੱਟਾਂ ਮੂਹਰੇ ਚੱਲਣ ਦੇਖਣੇ। ਚੱਲ ਹਾਂ ਉਹ ਬਾਲਾ ਹੱਥ ਲੱਗਦਾ ਓਏ, ਉਹ ਇਹਦੇ 'ਚ ਝੰਡੇ ਪਾ ਦਿੰਦੇ ਹਾਂ ਦੋ, ਹੈ ਨਾ।
चल करा सोचना वास्ते तैयार हो गया साले दे लगूगा कुछ मेख मूख लगूगी पिट च पुठे कमां दा शौंकी है भी कुछ नहीं खुला हैगा मगर आटे खोले वे ने कले अंदर ला दो बीबी कह नहीं कोई नट नुट ना खुला होते कुछ खुल के भाजे ओ बिट्टू ओए ओदी रील बना दे यार ओए आ किधर नू बागी सपोर्ट जी चल रहा है चल आ जा उथी बना ली मेनू नहीं आउंदी बनाउणी मैं तो वधिया नहीं बननी लो जी लुक देखो बाबे तेजी उत्ते बैठा किन्ना घातक लग रहा है सोचना वास्ते रेडी आ सारे इनू खिच खिच घरे लै जा कर लेंगे चंगा फिर बाबे दी रील बना दी पहला बाबे गड्डी दे अंदर सलेंसर लवाता आपां ने क्यों आया जो ए सी ठंड ठुंड बहुत ही ज्यादा कर दे फिर अंदर नूं छड्ड लैंदी आ नहीं सत्ते भाई ते आ डंडा पिया ते पिछे सीट पिछे हीरा पिया पिछे हीरा भाई क्यों आया यार मींह दा खतरा थी फिर असी गड्डी तों ओपन लैके नहीं आए सीगा चल कार च चलदे आ क्यों पिंडो हैगा 30-35 किलोमीटर आपां नूं कवाड़ मार्केट पटियाला तां करके ਤੇ ਹੁਣ ਉੱਥੇ ਜਾ ਕੇ ਦੇਖਦੇ ਹਾਂ ਵੀ ਕੀ ਭਾਅ ਮਿਲਦੇ ਨੇ ਫਿਰ ਉਹੋ ਜਿਹੇ ਹਿਸਾਬ ਨਾਲ ਸਮਾਨ ਖਰੀਦਾਂਗੇ ਵੀ ਏ ਟੂ ਜੈਡ ਲੈ ਲਿਆ ਸਮਾਨ ਕਿਵੇਂ ਲਿਆ ਤੁਹਾਨੂੰ ਸਾਰੀ ਅਪਡੇਟ ਮਿਲੂਗੀ ਵੀਡੀਓ ਦੇ ਨਾਲ ਜੁੜੇ ਰਹੋ ਹੈਲੋ ਬੈਠਾ ਉਹਦੇ ਹੈਲੋ ਬੈਠਾ ਹੈ ਉਹ ਨਹੀਂ ਦੇਖਦਾ ਉਹਦਾ ਸੁੱਖਾ ਪੀਤਾ ਵਾਲੀ ਸੁਰਤੀ ਲੱਗੀ ਵੀ ਆ ਇੱਧਰ ਯਾਰ ਹਲੇ ਜੀਰੀ ਲੱਗਣੀ ਆ ਆਪਾਂ ਸੱਤੇ ਟਾਈਮ ਨਾਲ ਵਿਹਲੇ ਹੋ ਗਏ ਬਾਈ ਠੀਕ ਹੈ ਗੱਲਾਂ ਵੱਢਣ ਵਢਾਉਣ ਦੀਆਂ ਵੀ ਹੋਣ ਲੱਗ ਗਈਆਂ ਵਿਆਹ ਮਸ਼ੀਨ ਨਾਲ ਲੱਗਿਆ ਹੋਇਆ ਝੋਨਾ ਦੇਖ ਲਓ ਬਾਬੇ ਜਾਨਵਰ ਵਾਲੀ ਨਾਲ ਲੱਗਿਆ ਵੈਸੇ ਤੇ ਜਾਨਵਰ ਦੀ ਹੋਇਆ ਹੈਨਾ ਤੇ ਇੱਧਰ ਹੁਣ ਯੂਰੀਆ ਪੈ ਰਿਹਾ ਠੀਕ ਹੈ ਦੇਖੋ ਵੀ ਜਾਲ ਵਾਲੀ ਟਰਾਲੀ ਫੁੱਲ ਹੈ 11 ਮੀਰਾ ਦਾ ਯੂਰੀਆ ਚਲੋ ਮਿੱਤਰੋ ਫਿਰ ਪਟਿਆਲੇ ਮਿਲਦੇ ਹਾਂ ਹੁਣ ਆਪਾਂ ਪਹੁੰਚ ਗਏ ਜੀ ਪਟਿਆਲੇ ਰੈੱਡ ਬੱਤੀ ਹੋ ਗਈ ਹਾਂ ਲੋਕਾਂ ਨੂੰ ਅਕਲ ਨਹੀਂ ਹੈਗੀ ਵੀ ਜਿਹੜੀਆਂ ਸਾਹਮਣੇ ਵਾਲੀਆਂ ਗੱਡੀਆਂ ਨੇ ਤਕਰੀਬਨ ਉਹਨਾਂ ਨੂੰ ਤਾਂ ਇੱਧਰਲੀ ਲਾਈਨ 'ਚ ਰੱਖੋ ਪਰਲੇ ਦਾ ਵਿਚਾਰੇ ਲੰਘੀ ਜਾਣਗੇ ਸਹੀ ਗੱਲ ਹੈ ਆ ਹੁਣ ਮੂਰੇ ਕਰਕੇ ਫਸਾ ਫਸਾ ਲਾਈ ਜਾਂਦਾ ਲੋਕਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਨਹੀਂ ਇਹ ਚੀਜ਼ਾਂ ਬਾਰੇ ਨਾਲੇ ਆਪਾਂ ਬਹੁਤ ਘੱਟ ਆਉਨੇ ਆ ਪਰ ਇਹਨਾਂ ਦਾ ਆਪਾਂ ਨੂੰ ਸਮਝਣਾ ਚਾਹੀਦਾ ਵੀ ਆਪਾਂ ਨੇ ਸਿੱਧੇ ਲੰਘਣਾ ਆਪਾਂ ਇੱਧਰ ਰਹੀਏ ਜਿਹੜੇ ਇੱਧਰ ਨੂੰ ਨੇ ਆਪਾਂ ਬੜਾ ਇੱਥੇ ਦੀ ਲੰਗੀ ਜਾਣਗੇ ਸਾਈਡ ਤੇ ਤਾਂ ਹੀ ਤਾਂ ਇੰਨੀ ਟ੍ਰੈਫਿਕ ਜਾਮ ਹੁੰਦੀ ਆ ਜਾ ਯਾਰ ਡੰਗਰ ਨੇ ਲੋਕ ਚਲੋ ਜੀ ਆਪਾਂ ਹੈਗੇ ਦੀ ਥਾਪਰ ਚੌਂਕ ਤੇ ਅੱਗੇ ਹੁਣ 22 ਨੰਬਰ ਆਊਗਾ ਨਾ ਉਹਰਾਂ ਦੀ ਮੁੜ ਜਾਾਂਗੇ ਆਪਾਂ ਆਪਾਂ ਤਾਂ ਇੱਧਰ ਦੀ ਮੁੜ ਜਾਣਾ ਹੈ ਨਾ ਤੂੰ ਪੜਿਆ ਭਾਗ ਨਹੀਂ ਹੈਗਾ ਉਰੇ ਪਟਿਆਲੇ ਮੈਂ ਪੜਿਆ ਹੈ ਤੈਨੂੰ 22 ਨੰਬਰ ਗਾਹਾਂ ਆਊਗਾ ਠੀਕ ਹੈ 22 ਸੱਤਾ ਉਰੇ ਮੋਦੀ ਕਾਲਜ ਪੜਦਾ ਰਿਹਾ ਮੇਰੀ ਸਟੱਡੀ ਵੈਸੇ ਭਾਰ ਸੋਈ ਕੰਪਲੀਟ ਹੋ ਗਈ ਸਾਡੀ ਤਾਂ ਬਦਮਾਸ਼ੀ ਦੀ ਉਰੇ ਫੱਲ ਆ ਬਦਮਾਸ਼ੀ ਦੀ ਮਾਂ ਤੇਰੀ ਫੱਲ ਬਦਮਾਸ਼ੀ ਦੀ ਉਰੇ ਇੱਥੋਂ ਮੁੜ ਗਏ ਆਪਾਂ ਕਾਰ ਇਹ ਸ਼ਾਰਟਕਟ ਲੰਘ ਜਾਈਦਾ ਮੂਰੇ ਉਧਰ ਮਿੰਨੀ ਸਾਈਡ ਰੀਏਟ ਕੰਨੀ ਦੀ ਵੀ ਲੰਘ ਜਾਣੇ ਆਪਾਂ ਉਰੇ ਦੀ ਮਤਲਬ ਇਹ ਸਿੱਧਾ ਜੇ ਟ੍ਰੈਫਿਕ ਚ ਨਾ ਫਸਣਾ ਹੋਵੇ ਫਿਰ ਆਪਾਂ ਇੱਧਰ ਦੀ ਲੰਘ ਸਕਦੇ ਆ ਉਹ ਦੇਖ ਇੱਥੇ ਉਹ ਆ ਮਾਂ ਕਹਿੰਦੀ ਹਾਰ ਲਿਆ ਐ ਗੂੰਜ ਸੁਣ ਕੇ ਓਏ 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 ਲੋਕਾਂ ਨੂੰ ਹਨੀ ਕੀ ਹੋਇਆ ਪਿਆ ਕਾਲੀ ਮੱਚਦੀ ਆ ਪਰ ਉਹਨਾਂ ਨੇ ਆ ਫੇਰ ਫੇਰ ਕਹਿੰਦੇ ਨੇ ਚਾਚਾ ਫਸ ਗਿਆ ਫੇਰ ਕਹਿੰਦੇ ਚਾਚਾ ਜੀ ਫਸ ਗਿਆ ਚਾਚਾ ਜੀ ਫਸ ਗਿਆ ਚਾਚਾ ਜੀ ਫਸ ਗਿਆ ਵੇ ਚਾਚਾ ਜੀ ਤਾਂ ਫਸ ਗਏ ਪੁਲਿਸ ਵਾਲੇ ਵੀ ਮੂਰੇ ਹੀ ਤੀ ਲਫੇੜੇ ਲੱਭਾ ਪਹਿਲਾਂ ਲਾਉਂਦੇ ਚੱਕ ਦੇ ਬਾਅਦ ਚ ਉਹ ਜਾਂਦਾ ਅਰੇ ਆ ਬੰਦਾ ਪੂਰੀ ਲੋਰ ਚ ਜਾ ਰਿਹਾ ਐਨ ਫੁੱਲ ਟਕਿਆਈ ਨਾਲ ਐ ਯਾਰੇ ਨਾਲ ਨਾ ਕਿਸੇ ਨੂੰ ਦੁੱਖ ਦਿੰਦਾ ਜਾਂਦਾ ਟਕਿਆਈ ਨਾਲ
ਨਾਲੇ ਗੱਡੀ ਦੇਖ ਕਿੰਨੀ ਜੈਂਟ ਆ ਨਹੀਂ ਇੱਥੇ ਤੁਸੀਂ ਲੋਕ ਟੁੱਟਿਆ ਚੀਜ਼ਾਂ ਐਂ ਭਜਾਈ ਫਿਰੀ ਜਾਣਗੇ ਵਾਤਾਵਰਨ ਪਾਰਕ ਆ ਤੇ ਚਲੋ ਹੁਣ ਆਪਾਂ ਉੱਥੇ ਪਟਿਆਲੇ 'ਚ ਗ੍ਰੀਨਰੀ ਬਹੁਤ ਆ ਹਰੇਕ ਘਰ 'ਚ ਬਹੁਤ ਜ਼ਿਆਦਾ ਗ੍ਰੀਨਰੀ ਆ ਸਹੀ ਗੱਲ ਆ ਹੈਨਾ ਪੂਰੇ ਪਾਰਕਾਂ ਵੀ ਬਹੁਤ ਨੇ ਪਟਿਆਲੇ 'ਚ ਚੰਗਾ ਫਿਰ ਮਿੱਤਰੋ ਹੁਣ ਅੱਗੇ ਹੀ ਮਿਲਦੇ ਆ ਜਿਹੜੇ ਕੰਮ ਨੂੰ ਆਇਆ ਉਹ ਕਰੀਏ ਨਾਲੇ ਕਬਾੜ ਮਾਰਕੀਟ ਚੋਂ ਕੀ ਜਗਾੜ ਮਿਲਦਾ ਕਿਵੇਂ ਮਿਲਦਾ ਕੀ ਹਿਸਾਬ ਕਿਤਾਬ ਆ ਟਰੈਕਟਰਾਂ ਟਰੂਟਰਾਂ ਦਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਹੁਣ ਪਹਿਲਾਂ ਹੁਣ ਐਂ ਕਰਦੇ ਆਪਾਂ ਇਹ ਬਲੌਗ ਨੂੰ ਐਂਡ ਕਰੋ ਉਹ ਕਬਾੜ ਮਾਰਕੀਟ ਵਾਲਾ ਇੱਕ ਬਲੌਗ ਸਪੈਸ਼ਲ ਬਣਾ ਲੈਣੇ ਆ ਬਾਬਿਓ ਹੁਣ ਵੀਡੀਓ ਹੁੰਦੀ ਆ ਇੱਥੇ ਸਮਾਪਤ ਅਗਲੀ ਵੀਡੀਓ ਕਬਾੜ ਮਾਰਕੀਟ ਸ਼ੁਰੂ ਤੋਂ ਤੇ ਆਪਾਂ ਤੁਹਾਨੂੰ ਗੇਮ ਪਾ ਕੇ ਵੀ ਦਿਖਾਵਾਂਗੇ ਆਪਾਂ ਗੱਡੀ ਨਹੀਂ ਪਹਿਲਾਂ ਲੈ ਕੇ ਜਾਂਦੇ ਪਹਿਲਾਂ ਤੁਰ ਕੇ ਜਾਵਾਂਗੇ ਨਹੀਂ ਫਿਰ ਬਹੁਤ ਜ਼ਿਆਦਾ ਰੇਟ ਵੱਧ ਜਾਂਦੇ ਹੁੰਦੇ ਕਿਉਂ ਗੱਡੀ 'ਚ ਸਮਾਨ ਲੱਦਿਆ ਹੋਇਆ ਅਗਲੇ ਨੂੰ ਐਂ ਹੋਣੇ ਲੈ ਕੇ ਹੀ ਮੁੜਨਗੇ ਪਤਾ ਨਹੀਂ ਕਿੱਥੋਂ ਦੂਰੋਂ ਨੇੜਿਓਂ ਆਏ ਨੇ ਅਸੀਂ ਨੇ ਗੱਡੀ ਸਾਈਡ ਤੇ ਖੜਾ ਕੇ ਤੁਰ ਕੇ ਚੱਲਾਂਗੇ ਤਾਂ ਤੁਹਾਨੂੰ ਸਾਰੀ ਕਬਾੜ ਮਾਰਕੀਟ ਅਗਲੀ ਵੀਡੀਓ ਦੇਖਣ ਨੂੰ ਮਿਲੂਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰੇ ਟਰੈਕਟਰ ਵੀ ਦਿਖਾਵਾਂਗੇ ਵੀ ਉਰੇ ਸੈਕਿੰਡ ਹੈਂਡ ਟਰੈਕਟਰ ਕਿਉਂ ਪਤਾ ਕੀ ਆ ਉਰੇ ਆਪਾਂ ਨੇ ਜਦੋਂ ਐਂਟਰ ਲਿਆ ਸੀਗਾ ਉਹਦਾ ਸਾਡੇ ਵਾਲੇ ਬੰਦੇ ਹੀ ਨਹੀਂ ਮੰਨੇ ਡੈਡੀ ਦਾ ਤਿਆਰ ਹੋ ਗਿਆ ਸੀ ਜਤਿੰਦਰ ਔਰ ਮੈਂ ਹੀ ਨਹੀਂ ਮੰਨੇ ਕਹੀਗਾ ਵੀ ਕੀ ਪਤਾ ਚੋਰ ਵਿੱਚ ਇਹਦੇ ਕੀ ਹੋਊਗਾ ਕਿਤੇ ਚੋਰੀ ਦਾ ਨਾ ਹੋਵੇ ਪੌਰਸ਼ ਆਹਾ ਲੇਖਾ ਜੋਖਾ ਇੱਥੇ ਦੇਣਾ ਚੰਗਾ ਫਿਰ ਮਿੱਤਰੋ ਅਗਲੀ ਵੀਡੀਓ ਦੇਖਿਓ ਕਬਾੜ ਮਾਰਕੀਟ ਇੱਥੇ ਮਿੰਨੀ ਟਰੈਕਟਰ ਵੀ ਖੜੇ ਨੇ ਸੋਨਾਲੀ ਕਾਲੇ ਦੇ ਬਹੁਤ ਘੈਂਟ ਆਪਾਂ ਘਰੇ ਪਾਉਣ ਵਾਸਤੇ ਹੋ ਸਕਦਾ ਵੀ ਅਗਲੇ ਸਾਲ ਨੂੰ ਛੋਟਾ ਟਰੈਕਟਰ ਉਹਦੇ ਤੇ ਮਸ਼ੀਨ ਔਰ ਸਪਰੇ ਪੰਪ ਸਾਰਾ ਕੁਝ ਲਵਾਵਾਂਗੇ ਉਹਦੇ ਤੇ ਰੈਡੀ ਕਰਾਂਗੇ ਛੋਟਾ ਟਰੈਕਟਰ ਜਿਹੜਾ ਖੇਤ ਦੇ ਵਿੱਚ ਕਣਕ 'ਚ ਵੀ ਜੀਰੀ ਦੇ ਵਿੱਚ ਵੀ ਅਸੀਂ ਨੇ ਇੱਕ ਬਾਈ ਦੀ ਵੀਡੀਓ ਦੇਖੀ ਆ ਚੱਲਿਆ ਸੋਨਾਲੀ ਕਾ ਟਰੈਕਟਰ ਉਹਦੇ ਕੋਲ ਛੋਟਾ ਜਿਹਾ ਉਹ ਬਾਈ ਕਹਿੰਦਾ ਅੱਗੇ ਮੇਰੇ ਕੋਲ 5 ਸੀਰੀ ਹੁੰਦੇ ਤੇ ਤੇ ਹੁਣ ਉਹੀ ਬਸ 1 ਸੀਰੀ ਆ ਕਹਿੰਦਾ ਮੈਂ ਕਹਿੰਦਾ ਤੜਕੇ ਜਾਂਦਾ 5 ਵਜੇ 10 ਵਜਦੇ ਨੂੰ ਕਹਿੰਦਾ 15-20 ਕਿੱਲਿਆਂ 'ਚ ਰੇਹ ਖਲਾਰ ਕੇ ਕਹਿੰਦਾ ਘਰੇ ਆ ਜਾਣਾ ਤੇ ਹੁਣ ਆਪਾਂ ਰੇਟ ਰੂਟ ਸਾਰੇ ਦੇਖਾਂਗੇ ਅਗਲੀ ਵੀਡੀਓ 'ਚ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਉਹ ਵੀ ਜਗਾੜ ਹੋ ਸਕਦਾ ਵੀ ਅਸੀਂ ਬਣਵਾ ਲਈਏ ਮਿੱਤਰੋ ਚੈਨਲ ਕਰੋ ਸਬਸਕ੍ਰਾਈਬ ਤੇ ਹੁਣ ਅਗਲੀ ਵੀਡੀਓ ਚ ਮਿਲਦੇ ਆ ਧੰਨਵਾਦ ਜੀ।